उदाराम चौक से, इनका पोता बहुत ज्यादा बीमार था, फिर अस्पताल लेकर गए, डॉक्टर ने जवाब दे दिया था, फिर इन्होंने पास्टर अमन सिस्टर से प्रार्थना करवाई तो उसी वक्त वह बोलने लग गया, प्रभु यीशु मसीह का धन्यवाद करते हैं, अब वो ठीक है। हालेलुया, हालेलुया, हालेलुया। इनकी दूसरी गवाही है, इनके बेटे की प्लेटें डाउन होने के कारण फेफड़े फट गए थे, डॉक्टर ने जवाब दे दिया था कि बीकानेर या जयपुर ले जाओ। पास्टर अमन सिस्टर ने प्रार्थना करवाई उनसे और वो बोलने लग गया है, अब वो खाने पीने भी लग गया, अब वो ठीक है। हालेलुया, 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 हालेलुया। प्रभु यीशु मसीह की हमारे बीच में, हालेलुया, हालेलुया, हालेलुया। सारे जय मसीह दी, पापा नु जय मसीह की, ਸਾਰਿਆਂ ਤੋਂ ਧੰਨਵਾਦ ਕਰਦੀ ਮੈਂ ਅਮਨ ਦੀਦੀ ਦਾ। ਮੇਰਾ ਪੋਤਾ ਬਹੁਤ ਬਿਮਾਰ ਹੋ ਗਿਆ ਸੀ ਜੀ, ਪਲੇਟਾਂ ਘੱਟ ਗਈਆਂ, ਡਾਕਟਰਾਂ ਨੇ ਜਵਾਬ ਦਿੱਤਾ ਕਹਿੰਦੇ ਅਸੀਂ ਨਹੀਂ ਹੱਥ ਪਾਉਂਦੇ, ਤਾਂ ਜਮਾਂ ਹੀ ਡਾਡੋ ਚੁੰਡੀਆਂ ਵੱਢੀ ਜਾਣ, ਉਹਨੂੰ ਪੱਟੀ ਜਾਣ, ਕੁਛ ਵੀ। ਮੈਂ ਅਮਨ ਦੀਦੀ ਨੂੰ ਫੋਨ ਕੀਤਾ, ਮੈਂ ਕਿਹਾ ਦੀਦੀ ਪ੍ਰਾਰਥਨਾ ਕਰੋ, ਮੈਂ ਕਿਹਾ ਮੇਰਾ ਪੋਤਾ ਬਹੁਤ ਜਵਾਬ ਦਿੱਤਾ। ਦੀਦੀ ਨੇ ਜਿਵੇਂ ਹੀ ਫੋਨ ਕੀਤਾ ਮੈਨੂੰ ਪ੍ਰਾਰਥਨਾ ਕੀਤੀ, ਉਸੇ ਟਾਈਮ ਹੀ ਡਾਕਟਰ ਨੇ ਕਹਿੰਦੇ ਚੱਲ ਕੋਈ ਨਹੀਂ ਵੇਖ ਲੈਂਦੇ, 10 ਮਿੰਟ ਵੇਟ ਕਰਦੇ ਹਾਂ। ਟੀਕਾ ਲਾਇਆ, ਉਹ ਬੋਲਣ ਲੱਗ ਗਿਆ, ਡਾਕਟਰ ਨੇ ਪੁੱਛਿਆ ਤੇਰਾ ਨਾਮ ਕੀ ਹੈ, ਕਹਿੰਦਾ ਸੁਖਮਨ ਹੈ ਜੀ, ਉਸੇ ਟਾਈਮ ਹੀ ਬੋਲਣ ਲੱਗ ਗਿਆ ਜੀ। ਮੈਂ ਤਾਂ ਜਮਾਂ ਹੀ ਹਾਰ ਗਈ ਸੀ। ਮੈਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਮੈਂ 10 ਦਿਨ ਉੱਥੇ ਰੱਖਿਆ ਜੀ, ਅਬ ਤਾਂ ਮੈਂ ਮੁੰਡੇ ਨੂੰ ਸਹੀ ਹੋ ਗਿਆ। ਜਿਵੇਂ ਮੈਂ ਘਰ ਆਈ 8 ਤਰੀਕ ਨੂੰ, ਮੇਰੇ ਭਰਾ ਦੇ ਘਰ ਪ੍ਰਾਰਥਨਾ ਸੀਗੀ, ਮੈਂ ਕਿਹਾ ਮੈਂ ਆਉਣੀ ਕੋਈ ਨਹੀਂ, ਮੈਨੂੰ ਵਿਖਾ ਲਿਆ। ਮੈਂ ਚਰਚ ਵੀ ਲੈ ਕੇ ਗਈ, ਪ੍ਰਾਰਥਨਾ ਕਰਾਈ, ਮੁੰਡੇ ਦੇ ਪਲੇਟਾਂ ਕੱਟੀਆਂ ਸੀ ਛੋਟੇ ਦੇ ਜੀ ਮੇਰੇ ਦੇ, ਮੈਂ ਦੱਸ ਨਹੀਂ ਸਕਦੀ, ਮੈਂ ਇੰਨੀ ਪਰੇਸ਼ਾਨ ਸੀ, ਬਹੁਤ ਹੀ ਬਹੁਤ ਹੀ। ਉਹਨਾਂ ਨੇ ਡਾਕਟਰਾਂ ਨੇ ਜਿੰਨੇ ਵੀ ਸੀ ਹੋਸਪਿਟਲ, ਮੈਂ ਸਾਰੇ ਗੰਗਾਨਗਰ 'ਚ ਘੁੰਮ ਲਈ, ਕਿਸੇ ਨੇ ਹੱਥ ਨਹੀਂ ਪਾਇਆ। ਮੈਂ ਕਿਹਾ ਦੀਦੀ ਪ੍ਰਾਰਥਨਾ ਕਰੋ, ਮੈਂ ਰਾਤ ਨੂੰ ਫੋਨ ਕੀਤਾ, ਦੀਦੀ ਨੇ ਪ੍ਰਾਰਥਨਾ ਕੀਤੀ, ਉਹਨੇ ਕਹਿੰਦੇ ਚੱਲ ਕੋਈ ਨਹੀਂ ਤੁਸੀਂ ਇੱਥੇ ਰੱਖੋ, ਇਹਨੂੰ ਵੇਖਾਂਗੇ। 2-4 ਦਿਨ ਉਹਨਾਂ ਨੇ ਕੋਈ ਹੱਥ ਨਹੀਂ ਪਾਇਆ, ਫਿਰ ਮੈਂ ਰਮਨ ਜੀ ਫੋਨ ਕੀਤਾ, ਉਹ ਕਹਿੰਦਾ ਕਿਸੇ ਨੂੰ ਭੇਜ ਦਿੰਦਾ। ਮੈਂ ਕੋਈ ਨਹੀਂ, ਉਹ ਵੀ ਗਈ ਉੱਥੇ, ਪ੍ਰਾਰਥਨਾ ਕੀਤੀ, ਕੋਈ ਸਿਸਟਰ ਗਈ ਸੀ, ਮੈਂ ਨਾਮ ਨਹੀਂ ਜਾਣਦੀ, ਇੱਥੇ ਜੀ ਹੋਸਪਿਟਲ 'ਚ ਗਈ, ਉਦਣ ਕੋਈ ਹਾਲ ਨਹੀਂ ਸੀ। ਜਿਵੇਂ ਪ੍ਰਾਰਥਨਾ ਕੀਤੀ ਉਹਨੇ ਵੀ ਕਹਿੰਦੇ ਕੋਈ ਨਹੀਂ ਤੁਸੀਂ ਹੌਂਸਲਾ ਰੱਖੋ, ਅਸੀਂ ਰੱਖਦੇ ਹਾਂ। ਫਿਰ ਕਹਿੰਦੇ ਕਰਾਊਗਾ ਸੀਟੀ ਸਕੈਨ ਕਰਾਓ, ਉਹਦੇ 'ਚ ਫੇਫੜਾ ਪਾਟ ਗਿਆ ਮੁੰਡੇ ਦਾ, ਅਤੇ ਲਹੂ ਮੂੰਹ 'ਚੋਂ ਨਿਕਲਿਆ ਉਹਦੇ, ਬਹੁਤ ਸਾਰਾ ਨੱਕ 'ਚੋਂ ਨਿਕਲਿਆ। ਮੈਂ ਡਰ ਗਈ, ਮੈਂ ਕਿਹਾ ਦੀਦੀ ਪ੍ਰਾਰਥਨਾ ਕਰੋ। ਮੈਂ ਫਿਰ ਕੀਤਾ ਫੋਨ, ਉਸੇ ਟਾਈਮ ਹੀ ਕਹਿੰਦੇ ਨਹੀਂ ਜੈਪੁਰ ਲੈ ਜਾਓ ਤੁਸੀਂ, ਜਾਂ ਕਿਤੇ ਬੀਕਾਨੇਰ, ਅਸੀਂ ਨਹੀਂ ਰੱਖਦੇ ਮੁੰਡੇ ਨੂੰ। ਮੈਂ ਰੋ ਰੋ ਕੇ ਪ੍ਰਾਰਥਨਾ ਕੀਤੀ, ਮੈਂ ਕਿਹਾ ਦੀਦੀ ਤੁਸੀਂ ਪ੍ਰਾਰਥਨਾ ਕਰੋ। ਆਪਰੇਸ਼ਨ ਥੀਏਟਰ 'ਚ ਲੈ ਕੇ ਗਏ ਉਹਨੂੰ, ਉਹਦੇ ਨਾੜਾਂ ਵੀ ਸਾਰੀਆਂ ਕਹਿੰਦੇ ਬਲੌਕ ਹੋ ਗਈਆਂ, ਅਸੀਂ ਨਹੀਂ ਰੱਖਦੇ। ਮੈਂ ਕਿਹਾ ਦੀਦੀ ਕੁਛ ਵੀ ਕਰੋ, ਪ੍ਰਾਰਥਨਾ ਕਰੋ। ਮੇਰੀ ਦੀਦੀ ਨੇ ਬਹੁਤ ਬਹੁਤ ਮੈਂ ਧੰਨਵਾਦ ਕਰਦੀ ਹਾਂ, ਪ੍ਰਾਰਥਨਾ ਕੀਤੀ ਸਾਡੇ ਵਾਸਤੇ। ਮੇਰਾ ਮੁੰਡਾ ਅੱਜ ਬਚ ਕੇ ਆਇਆ ਜੀ, ਕੋਈ ਉਮੀਦ ਹੀ ਨਹੀਂ ਸੀ ਜੀ, ਜਮਾਂ ਹੀ ਮਰ ਗਿਆ ਸੀ। ਮੈਂ ਕਿਹਾ ਮੈਂ ਰੋਵਾਂ, ਮੈਂ ਕਿਹਾ ਦੀਦੀ ਮੈਂ ਕੀ ਕਰਾਂ, ਮੈਂ ਰੱਬ ਅੱਗੇ ਦੁਆ ਕੀਤੀ। ਮੈਂ ਕਿਹਾ ਮੈਨੂੰ 1 ਮਹੀਨਾ ਹੋ ਗਿਆ, ਮੈਂ ਚਰਚ ਦਾ ਮੂੰਹ ਹੀ ਨਹੀਂ ਦੇਖਿਆ, ਮੈਨੂੰ ਸਹੀ ਹੋਊਗਾ, ਮੈਂ ਉਸ ਦਿਨ ਲੈ ਕੇ ਜਾਊਂਗੀ। ਪ੍ਰਭੂ ਮੇਰੇ ਬੱਚੇ ਨੂੰ ਬਚਾਓ, ਮੇਰੇ ਬੱਚੇ ਨੂੰ ਬਚਾਇਆ ਪ੍ਰਭੂ ਨੇ, ਅੱਜ ਮੈਂ ਲੈ ਕੇ ਆਪੇ ਤੁਰ ਕੇ ਆਇਆ, ਰੋਟੀ ਵੀ ਖਾਂਦਾ ਜੀ, ਸਭ ਕੁਛ ਖਾਂਦਾ, ਜਿਹੜਾ ਕੁਛ ਵੀ ਨਹੀਂ ਖਾਂਦਾ ਸੀ, ਬੂੰਦ ਪਾਣੀ ਦੀ ਵੀ ਨਹੀਂ ਪੀਂਦਾ ਸੀ, ਗਰੀ ਮੈਂ ਪਿਉਂਦੀ ਸੀ ਆਪਦੇ ਹੱਥ ਨਾਲ, ਕਹਿੰਦਾ ਸੀ ਮੈਂ ਨਹੀਂ ਕੁਛ ਵੀ ਖਾਣਾ। ਮੈਂ ਕਿਹਾ ਜਮਾਂ ਹੀ ਜਿੱਥੇ ਵੀ ਲਿਜਾਣਾ ਕਹਿੰਦੇ ਇਹਦੇ ਚ ਕੁਛ ਵੀ ਨਹੀਂ ਰਿਹਾ ਜੀ। ਮੈਂ ਕਹਿੰਦੇ ਸਾਡਾ ਜਵਾਬ ਹੈ ਜੀ, ਕੋਈ ਨਹੀਂ ਹੋਸਪਿਟਲ ਦਾ ਨਾਮ ਨਹੀਂ ਲੈਣਾ ਆਪਣੇ। ਤੋ ਮਤਲਬ ਜੈਸੇ ਮਤਲਬ ਐਸੇ ਕਰਕੇ ਐਸੇ ਐਸੇ ਕਰਕੇ ਐਸੇ ਕਰਕੇ ਕਰਕੇ ਕਰਦੇ ਥੇ, ਛਾਤੀ ਵੀ ਉਸਕੋ ਹਲਾ ਰਹੇ ਥੇ, ਹਾਂਜੀ ਨੱਪੀ ਜਾਂਦੇ ਸੀ, ਚੁੰਡੀਆਂ ਵੱਢੀ ਜਾਂਦੇ ਸੀ, ਜੈਸੇ ਮਤਲਬ ਕਿਸੇ ਕੋ ਹੋਸਪਿਟਲ ਮੇ ਮੁਝੇ ਮਾਲੂਮ ਹੈ ਜਬ ਵੋ ਡੈਡ ਹੋ ਜਾਤਾ ਤੋ ਉਸਕੇ
उसके लिए थोड़ी देर कोशिश करते हैं, उसको दबा दबा कर ऐसे करते हैं, उसको दबा दबा कर पंप करते हैं उसकी छाती को कि ताकि उसका सांस आ जाए। तो ऐसे कर रहे थे। हाँ जी, उन्हें कहते फिर कहते ले जाओ तुसी। मैं रोन लग गई। मैं दीदी नूं फोन किया, अमन दीदी नूं। मैं कहा दीदी, मैं कहा जवाब देता डॉक्टर ने, हुण मैं की करा। इन्होंने प्रार्थना की, फिर उस टाइम बेटी को फोन किया। हाँ जी, पांच मिनट बाद उन्होंने कहते चलो रुको तुसी, सैन सून करवा ले सी साडे तो। कहंदे साडा जवाब है जी। अच्छा, आपसे सैन सून करवा लिए थे। और प्रार्थना के बाद परमेश्वर की दया हुई उस पे। उस टाइम ही उन्होंने पूछा, डॉक्टर आया। वाओ, हां जी, अद्भुत। प्रभु यीशु मसीह का धन्यवाद करते हैं। प्रभु यीशु मसीह का धन्यवाद करते हैं इस बड़ी गवाही के लिए। प्रभु यीशु मसीह का धन्यवाद करते हैं। और वो जो आप बता रहे हैं वो बताओ, बाद में जब वो लेके गए, कितनी उम्र है बच्चे की? मैंने सोचा कहीं लिखने में ना हो, गलती ना हो। फेफड़ा फट गया। और फेफड़ा फटने से क्या हो गया? मुंह से खून आ गया। हाँ जी, मुंह तो भी, नाक तो भी। मुंह से खून आया, नाक से भी खून आया। कहते असी नहीं, जवाब है साडा, लै जाओ जिथे मर्जी। मैं फिर अमन दीदी नूं फोन किया। अमन दीदी नूं मैं कहा दीदी मुंडे दे एवें खून आई जांदा मुंह चो। आपके पास नंबर कैसे आ गया? मेरे कोले आ गया जी नंबर, सारयां दे। थोड़ा नहीं है जी, एक बस और सारयां दे जी। देखो, फेफड़ा फट गया और मुंह से खून आ गया, नाक से खून आ गया। बार कौन चंगा करने वाला है? परमेश्वर मसीह। कितनी बड़ी गवाही है। पहले भी उन्होंने कह दिया ये डेड है, और उसके वो छाती पे रख रहे थे। वो कौन था? वो मेरा पोता सीगा जी। ओके, हाँ जी। तो परमेश्वर का धन्यवाद करते इस बड़ी गवाही के लिए। घरे लैके आए जी। तेने 8 तरीक नु तुसी बंदगी ते गए सी मेरे भरा घरे, उसे दिन ही मैं उन्होंने लै गई दूजे नु घरे लैके छड्या। उन्होंने लै गई सी मैं छोटे मेरे मुंडे नु, पहला पोते नु लै के छड्या सीगा जी घरे। पहले हॉस्पिटल में पोता था? हाँ जी, फिर उस तो बाद मुंडा सीगा। उसके बाद आपका बेटा? हाँ जी, हुन आया जी नाल, वधिया वो बैठा जी, तुर फिर लेंदा वधिया। जड़े नु उम्मीद ही नहीं सारी। आपके बेटे की कितनी उम्र है? ओदी आ गया जी 19 साल। 19 साल है। हाँ जी। और जो हॉस्पिटल में था जो वो ओदी वो 4 साल दा सी। 4 साल। हाँ जी। जिसको डॉक्टर कह रहे थे भी डेड है ये, और वो छाती पंप कर रहे थे, वो 4 साल का पोता वो आपका। और जो आपका बेटा वो 19 साल का है जिसका कहते थे वो फेफड़ा फट गया, वो 19 साल का। ये है प्रभु यीशु मसीह। प्रभु यीशु मसीह का धन्यवाद करें। इस बड़ी गवाही के लिए खड़े होकर परमेश्वर का धन्यवाद करते हैं। धन्यवाद मेरे पिता, मेरे परमेश्वर। इस बड़ी गवाही के लिए हम आपका धन्यवाद करते हैं। आप जीवन देने वाले परमेश्वर हैं। परमेश्वर पिता, आपका धन्यवाद करते हैं इस बड़ी गवाही के लिए। कईयों के फेफड़े जो ना वो खत्म हो जाते हैं, डेड हो जाते हैं। वो तो मैंने देखा था, सुना है। वो एक मेरे सामने है एक सदवाले वाली पीली चुन्नी, तो उसका जो फेफड़े थे वो खत्म हो गए थे। और मतलब लेकिन ये पहली बार मैंने सुना कि फेफड़े जो थे वो फट गया, फेफड़ा फट गया और नाक से मुंह से खून आने लग गया। कैसे अद्भुत चिन्ह और चमत्कार।